ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬ ਅਲੀ, ਤੁਸੀਂ ਵੇਖ ਰਹੇ ਨੀਲੀ ਪੰਜਾਬ ਟੀਵੀ। ਸਭ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਾਨ ਦਾ ਬਟਨ ਕਰੋ ਓਕੇ, ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੱਕ ਪਹੁੰਚ ਸਕੇ। ਦੋਸਤੋ, ਅੱਜ ਅਸੀਂ ਤੁਹਾਡੇ ਵਾਸਤੇ ਦੋ ਗਾਵਾਂ ਦੀ ਵੀਡੀਓ ਲੈ ਕੇ ਆਏ। ਮੇਰਾ ਕੈਮਰਾਮੈਨ ਤੁਹਾਨੂੰ ਗਾਵਾਂ ਵਿਖਾਉਂਦਾ, ਉਸ ਤੋਂ ਬਾਅਦ ਮਾਲਕ ਨਾਲ ਗੱਲ ਕਰਾਂਗੇ। ਦੋਸਤੋ, ਇਹ ਦੇਖੋ, ਮਾਸ਼ਾਅੱਲਾ ਡੱਬੇ ਰੰਗ ਦੀ ਗਾਂ ਹੈ, ਕੋਨੀ ਗਾਂ ਹੈ। ਇਹ ਹੁਣੇ ਹੀ ਤਕਰੀਬਨ ਸੂਈ ਹੈ। ਮੇਰਾ ਕੈਮਰਾਮੈਨ ਤੁਹਾਨੂੰ ਹਰ ਇੱਕ ਚੀਜ਼ ਦੀ ਤਸੱਲੀ ਕਰਾ ਦੇਗਾ, ਤਾਂ ਕਿ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਾ ਰਹੇ। ਦੋਸਤੋ, ਇਹ ਦੇਖੋ, ਮੁੱਠ ਮੁੱਠ ਦਾ ਥਾਣ ਹੈ, ਅੱਧੀ ਕਚੋਲ ਹੈ, ਤੇ ਤਕਰੀਬਨ ਮਾਲਕ ਦਾ ਕਹਿਣਾ ਹੈ ਕਿ ਅੱਧੀ ਕਚੋਲ ਹੀ ਹੈ। ਫੋਨ ਕਾਫੀ ਦੇਰ ਦਾ ਕਰਦਾ, ਤੁਸੀਂ ਪਹੁੰਚੇ ਨਹੀਂ। ਇਹ ਬੱਚਾ ਜਿੱਥੇ ਵੱਛੀ ਬੱਛਾ, ਇਹ ਦੋਸਤੋ ਆ ਥੋੜੀ ਦੇਰ ਹੋਈ ਸੂਈ ਨੂੰ, ਇਹ ਬੱਛਾ ਦੇ ਮਗਰ ਕੈਮਰਾਮੈਨ ਸਾਹਿਬ ਦੀ ਤਸੱਲੀ ਕਰਾ ਦਿਓ। ਦੋਸਤੋ ਦੇਖੋ, ਮਾਸ਼ਾਅੱਲਾ ਚੰਗਾ ਹਵਾਨਾ ਲਈ ਖੜੀ ਹੈ, ਹਾਲੇ ਹੁਣੇ ਹੀ ਸੂਈ ਹੈ, ਆ ਦੇ ਰੁਪਈਏ ਦੀ ਕੋਲੇ ਹੀ। ਇਹ ਜਨਾਬ ਦੇਖੋ, ਕਿਹੜੀਆਂ ਕਾਲੀ ਦੇ ਨਾਲ ਇਹਨੂੰ ਵੀ ਛੱਡ ਦੇ, ਕਾਲਾ ਰੰਗ ਥੱਲੋਂ ਸਫੇਦ, ਹਵਾਨਾ ਵੀ ਤਕਰੀਬਨ ਸਫੇਦ, ਮੁੱਠ ਮੁੱਠ ਦਾ ਥਾਣ ਹੈ, ਕਾਲਾ ਥਾਣ ਹੈ, ਹਵਾਨਾ ਮਾਸ਼ਾਅੱਲਾ ਸੋਹਣਾ ਗੋਲ ਜਿਹਾ ਹਵਾਨਾ ਲਈ ਖੜੀ। ਟਾਈਮ ਲੈਂਦੀ ਸੂਣ ਦੇ ਵਿੱਚ, ਦੂਸਰੀ ਤਾਜ਼ੀ ਸੂ ਪਈ ਹੈ। ਬਾਕੀ ਮਾਲਕ ਕੋਲੋਂ ਪੁੱਛਿਆ ਜੇ ਸਾਰਾ ਹਿਸਾਬ ਕਿਤਾਬ ਇਹਦਾ, ਕਿਨਵਾਂ ਸੁਬਾਹ ਜਾਂ ਕੀ ਹਿਸਾਬ ਕਿਤਾਬ, ਸਾਰੀ ਤਸੱਲੀ ਕਰਾਂਗੇ। ਮੈਂ ਕੈਮਰਾਮੈਨ ਸਾਹਿਬ ਦੋਨਾਂ ਸਾਈਡਾਂ ਤੋਂ ਥਾਣ ਕੱਦ, ਮਾਸ਼ਾਅੱਲਾ ਚੰਗੇ ਵੱਡੇ ਵੱਡੇ ਕੱਦਾਂ ਦੀਆਂ ਗਾਵਾਂ ਨੇ। ਨਾ ਜਨਾਬ ਦੇਖੋ, ਟੋਲੀਆਂ ਫਿਰਦੀਆਂ ਬਿਲਕੁਲ ਠੀਕ ਠਾਕ, ਹਰ ਪਾਸੇ ਸਹੀ ਨੇ। ਵੀਰ ਭਾਈ ਆ ਜਾਓ ਪਹਿਲੇ ਨੰਬਰ ਵਾਲੀ ਗਾਂ ਕੋਲੇ, ਬਾਬਾ ਸੀ ਉਹਦੇ ਕੋਲ, ਪਿਓ ਪੁੱਤ ਸਨ ਆਪਸ ਵਿੱਚ, ਇਕੱਠੇ ਸਨ ਸਾਰੇ। ਇਹ ਉਹਨੇ ਕੋਲ ਰਹੀ ਹੈ ਪਹਿਲਾਂ ਗਾਂ, ਇਹ ਦੋਵੇਂ ਗਾਵਾਂ ਉਹਦੇ ਕੋਲ ਲਈਆਂ ਨੇ। ਉਹ ਵਿਚਾਰਾ ਫੋਤ ਹੋ ਗਿਆ ਤੇ ਇਹ ਰਹੀਆਂ ਨੇ ਫਿਰ ਮਾਈ ਕੋ। ਮਾਈ ਦੁੱਧ ਦਾ ਚੋਣ ਦੀ ਬਾਅਦ ਛੇਲ ਛੂਲ ਪਾ ਦਿੰਦੀ ਸੀ ਮਾੜਾ ਮੋਟਾ ਜਿਹੜਾ ਹੈਗਾ ਸੀ। ਦੂਸਰਾ ਸੂਆ ਹਾਂਜੀ ਜੈਨਮੈਨ ਯਾਰ, ਇਨਸ਼ਾਅੱਲਾ ਤਾਂ ਅਗਲਾ ਸਾਡੀ ਗਾਰੰਟੀ ਹੈ। ਸੂਈ ਤਾਂ ਹੁਣ ਕੈਂਟਾ ਡੇਢ ਹੀ ਹੋ ਗਿਆ ਨੇ। ਹਾਂ ਕੈਂਟਾ ਡੇਢ ਹੈ, ਅੱਧੀ ਕਿੰਨਾ ਅੰਦਾਜ਼ਾ ਦੁੱਧ ਦਾ, ਅੱਧੀ ਕਿ ਤੂੰ ਚੋਲ ਲਈ ਉਹ ਤਾਂ ਦਿਸੀ ਜਾਂਦੀ ਹੈ, ਤੇ ਯਾਰ ਉਹ ਮਾਈ ਦਾ ਇਹ ਗੱਲ ਕਹਿਣਾ ਕਿ ਉਹਨੇ ਹਾ ਪੁੱਤਰ ਦੁੱਧ ਕਰਦੀ ਰਹੀ ਹੈ ਸਾਡੇ ਕੋਲ, 16-18 ਲੀਟਰ ਇਹ ਗਾਂ ਕਰਦੀ ਰਹੀ ਹੈ। ਕੋਈ ਬੰਦੇ ਹੁੰਦੇ ਇੱਕ ਲੈਣੀ ਹੁੰਦੀ, ਕਈਆਂ ਨੇ ਦੋਵੇਂ ਨੇ ਯਾਰ ਉਹ ਆਪਣੇ ਆਪ ਕੱਢ ਲੈਣਾ, ਫਿਰ ਜਿਵੇਂ ਵੀ ਕੱਢਿਆ ਜਾ ਰਿਹਾ, ਅਸੀਂ ਤਾਂ ਇਕੱਠੀ ਕਰ ਸੀ। ਚਲੋ ਠੀਕ, ਦੱਸ ਦਿਓ ਕਿੰਨੀ ਕੀਮਤ ਇਹਨਾਂ ਦੋਵਾਂ ਦੀ? 4.5 ਲੱਖ ਰੁਪਈਆ ਮੰਗ ਰਹੇ। 4.5 ਲੱਖ ਰੁਪਈਆ ਯਾਰ, ਕੀਮਤ ਜ਼ਿਆਦਾ ਹੀ ਵੈਸੇ ਤੇਰੀ। ਕੀਮਤ ਕੋਈ ਸਹੀ ਕਰ, ਮੁਨਾਸਬ ਜੀ ਕੀਮਤ ਕਰ, ਜਿਹੜੀ ਵੇਚਣ ਵਾਲੀ ਗੱਲ ਨਾ ਉਹ ਕਰ, ਨਹੀਂ ਥੋੜ੍ਹੀ ਜਿਹੀ ਕੀਮਤ। ਗਾਵਾਂ ਡੇਰੀ ਵਾਲੀਆਂ ਨੇ, ਗਾਵਾਂ ਚੰਗੀਆਂ ਨੇ, ਦੁੱਧ ਪੁੱਤਰ। ਗਾਵਾਂ ਮਾਸ਼ਾਅੱਲਾ ਤੇਰੀਆਂ ਚੰਗੀਆਂ ਨੇ, ਦੁੱਧ ਵਾਲੀਆਂ ਨੇ ਮੈਂ ਮੰਨਣਾ, ਪਰ ਗਾਵਾਂ ਥੋੜ੍ਹੀਆਂ ਲਿੱਸੀਆਂ ਨੇ ਤੇਰੀਆਂ। ਕੀਮਤ ਕਰ ਸਹੀ, ਜਾਇ ਮੁਨਾਸਬ। ਅੱਛਾ ਜੀ, ਸਹੀ ਜਿਹੜੀ ਜਾਇਜ਼ ਹੈ ਦੇ ਦੇਣੀਆਂ ਨੇ। ਹਾਂ ਜਾਇਜ਼ ਕੀਮਤ ਕਰ। 2,30,000-4,30,000 ਰੁਪਈਆ ਉਸਤਾਦ ਜੀ ਦਾ ਇਹਦਾ ਮੁੱਲ। ਬਿਲਕੁਲ ਥੋੜਾ ਬਹੁਤਾ ਪਿਆਰ ਸਾਡੇ ਆਇਆ ਦਾ ਥੋੜਾ ਹਲਾ। ਹਾਂ ਪਿਆਰ ਮੁਹੱਬਤ ਇਹਨਾਂ ਥੋੜਾ ਕਿ 20,000 ਰੁਪਈਆ ਤੁਹਾਨੂੰ ਛੱਡ ਦਿੱਤਾ। ਨਹੀਂ ਕੋਈ ਥੋੜਾ ਘਣਾ ਸਾਡੇ ਪਾਸ ਹੋਰ ਰੱਖ ਲਈਏ, ਕੋਈ ਥੋੜਾ ਘਣਾ ਕਰ ਲਾਂਗੇ ਜਦੋਂ ਆਪਣੀ ਵੀਡੀਓ ਚੱਲੇਗੀ। ਦੋਸਤੋ 4,00,000 ਰੁਪਈਆ, 4,50,000 ਰੁਪਈਆ ਕੀਮਤ ਕੀਤੀ ਸੀ, ਹੁਣ ਥੱਲੇ ਲੈ ਆਉਂਦਾ ਜਨਾਬ, 4,30,000 ਰੁਪਈਆ ਕੀਮਤ ਹੈ। ਦੋਵੇਂ ਕਹਿੰਦਾ ਇੱਕ ਸੂਟ ਹੀ, ਦੂਸਰਾ ਸੁਬਾਹ ਦੂਸਰੀ ਨੇ ਸੁਣਿਆ। 2-3, 4 ਲੱਖ ਰੁਪਈਆ, 4,30,000 ਰੁਪਈਆ ਦੀ ਕੀਮਤ ਹੋ ਗਈ ਜਨਾਬ। ਇਹਦੇ 'ਚ ਪਿਆਰ ਬਹੁਤ ਹੈ। ਅਗਰ ਕਿਸੇ ਮੇਰੇ ਦੋਸਤ ਨੂੰ ਪਸੰਦ ਆ ਜਾਂਦੇ ਨੇ, ਸਾਡੇ ਨਾਲ ਰਾਬਤਾ ਕਰ ਸਕਦਾ। 0307-6565 ਸਾਡਾ ਵਟਸਐਪ ਨੰਬਰ ਹੈ, ਇਹੀ ਸਾਡਾ ਈਮੋ ਨੰਬਰ ਹੈ। ਆਰਫ ਵਾਲੇ ਤੋਂ 7 ਕਿਲੋਮੀਟਰ ਸਾਈਡ 'ਤੇ ਪਾਕਪੁਰ ਰੋਡ 'ਤੇ ਜਨਾਬ ਅਸੀਂ ਖੜ੍ਹੇ ਹਾਂ। ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਅਗਲੀ ਵੀਡੀਓ 'ਚ। ਖੁਦਾ ਹਾਫਿਜ਼।